ਹੈਲੋ ਵੀਵਰਸ, ਅਸਲਾਮ ਵਾਲੇਕੁਮ। ਮੁਹੰਮਦ ਆਉਣ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ। ਤੁਸੀਂ ਵੇਖ ਰਹੇ ਹੋ ਪੀਕੇ ਟਰੈਕਟਰ ਸਟੈਂਡਸ ਯੂਟਿਊਬ ਚੈਨਲ। ਅੱਜ ਦੀ ਵੀਵਰਸ ਵੀਡੀਓ ਦੇ ਵਿੱਚ ਟਰੈਕਟਰ ਹੈ ਜੀ ਮੈਸੀ ਫਰਗੋਸਨ 260 ਟਰਬੋ। ਟਰੈਕਟਰ ਦਾ ਮਾਡਲ ਹੈ ਜੀ 2021। ਬਿਲਕੁਲ ਦੋਸਤੋ ਬ੍ਰੈਂਡ ਨਿਊ ਅਤੇ ਬਿਲਕੁਲ ਘੱਟ ਚੱਲੇ ਹੋਇਆ ਟਰੈਕਟਰ ਹੈ ਜੀ। ਕੰਡੀਸ਼ਨ ਟਰੈਕਟਰ ਦੀ ਜਿਹੜੀ ਉਹ ਬਿਲਕੁਲ ਬਿਹਤਰੀਨ ਹੈ, ਸਾਫ਼ ਸੁਥਰਾ ਟਰੈਕਟਰ ਹੈ ਜੀ। ਟਰੈਕਟਰ ਦੀ ਜਿਹੜੀ ਮੁਕੰਮਲ ਕੰਡੀਸ਼ਨ ਹੈ ਉਹ ਤੁਹਾਨੂੰ ਵੀਡੀਓ ਦੇ ਵਿੱਚ ਕਰੀਬ ਤੋਂ ਚੈੱਕ ਕਰਾ ਦੇਣਾ, ਵੀਡੀਓ ਨੂੰ ਫੁੱਲ ਵਾਚ ਕਰ ਲੈਣਾ। ਅਸਲ ਦੀ ਗਰਾਹ ਕਰਨਾ ਟਰੈਕਟਰ ਵੀਵਰਸ, ਇੰਜਣ ਦਾ ਗੇਅਰ ਹਿੱਸੇ ਦਾ ਬਿਲਕੁਲ ਜ਼ਬਰਦਸਤ ਹੈ। ਟਰੈਕਟਰ ਦਾ ਇੰਜਣ ਜਿਹੜਾ ਹੈ ਉਹ ਤੁਹਾਡੇ ਸਾਹਮਣੇ, ਟਾਇਰ ਟਰੈਕਟਰ ਦੇ ਵੇਖ ਲਓ ਜੀ ਅੱਗੇ ਪਿੱਛੇ ਦੇ ਟਾਇਰ ਟਰੈਕਟਰ ਦੇ ਜੈਨੂਅਨ ਕੰਡੀਸ਼ਨ, ਟਾਇਰਾਂ ਦੀ ਜਿਹੜੀ ਉਹ 15 ਤੋਂ 15.5 ਨੇ ਪਾ ਸੀ, ਕੱਟ ਕੁੱਟ ਜਿਹੜਾ ਟਰੈਕਟਰ ਦੇ ਟਾਇਰਾਂ ਨੂੰ ਨਹੀਂ ਲੱਗਾ। ਇਹ ਚੈੱਕ ਕਰ ਲਓ ਜੀ, ਜੈਨੂਅਨ ਟਾਇਰ ਹਨ ਟਰੈਕਟਰ ਦੇ। ਅਜੇ ਤੱਕ ਜਿਹੜੇ ਟਾਇਰਾਂ ਦੇ ਉੱਤੇ ਕੰਢੇ ਲੱਗੇ ਹੁੰਦੇ ਹਨ ਉਹ ਵੀ ਲੱਗੇ ਹੋਏ ਹਨ, ਇਤਨਾ ਇੱਕ ਘੱਟ ਇਸਤੇਮਾਲ ਹੋਇਆ। ਬਾਕੀ ਬੈਕ ਸਾਈਡ ਟਰੈਕਟਰ ਦੀ ਚੈੱਕ ਕਰੋ ਜੀ, ਬੈਕ ਸਾਈਡ ਟੂ ਟਰੈਕਟਰ ਦੀਆਂ ਟੂਪਾਂ ਵੇਖੋ, ਲਿੰਕਾਂ ਚੈੱਕ ਕਰ ਲਓ। ਟੂਪਾਂ ਦਾ ਲਿੰਕਾਂ ਦਾ ਟਰੈਕਟਰ ਬਿਹਤਰੀਨ ਹੈ, ਜ਼ਬਰਦਸਤ ਹੈ। ਮਾੜੀਗਾਰਡ ਟਰੈਕਟਰ ਦੇ ਚੈੱਕ ਕਰ ਲਓ ਜੀ, ਮਾੜੀਗਾਰਡ ਵੀ ਟਰੈਕਟਰ ਦੇ ਬਿਲਕੁਲ ਜਿਹੜੇ ਸਿੱਧੇ ਪੱਧਰ, ਕੋਈ ਤਰੁੱਟ ਬਾਜ ਡੇਂਗ ਫਣੇਂਗ ਟਰੈਕਟਰ ਦੇ ਮਾੜੀਗਾਰਡਾਂ ਦੇ ਵਿੱਚ ਵੀ ਨਹੀਂ ਹੈ। ਚੈੱਕ ਕਰੋ ਜੀ, ਬਿਲਕੁਲ ਦੋਸਤੋ ਸ਼ੀਸ਼ੇ ਆਰ ਟਰੈਕਟਰ ਦੇ ਮਾੜੀ ਗਾਰਡ ਹਨ, ਸ਼ੀਸ਼ੇ ਆਰ ਟਰੈਕਟਰ ਨੇ ਜੀ, ਬਿਲਕੁਲ ਸਾਫ਼ ਸੁਥਰੇ। ਜੈਨੂਅਨ ਟਾਇਰਾਂ ਦੀ ਕੰਡੀਸ਼ਨ ਤੁਸੀਂ ਆਪ ਚੈੱਕ ਕਰ ਰਹੇ ਹੋ, 15 ਤੋਂ 15.5 ਦੇ ਟਰੈਕਟਰ ਦੇ ਜੈਨੂਅਨ ਟਾਇਰਾਂ ਦੀ ਕੰਡੀਸ਼ਨ ਹੈ। ਬਾਕੀ ਇਹ ਟਰੈਕਟਰ ਦਾ ਗੇਅਰ ਹਿੱਸਾ ਚੈੱਕ ਕਰੋ ਜੀ, ਮਾੜੀਗਾਰਡ ਟਰੈਕਟਰ ਦਾ ਵੇਖ ਲਓ, ਪੈਦਾਨ ਟਰੈਕਟਰ ਦੇ ਚੈੱਕ ਕਰ ਲਓ। ਟੋਟਲ ਇਸਤੇਮਾਲ ਜਿਹੜਾ ਟਰੈਕਟਰ ਦਾ ਉਹ ਹੀ ਚੈੱਕ ਕਰ ਲਓ ਜੀ, 128 ਘੰਟੇ ਟਰੈਕਟਰ ਜਿਹੜਾ ਹੈ ਉਹ ਚੱਲਿਆ ਹੈ। ਠੀਕ ਹੈ ਜੀ, 128 ਘੰਟੇ ਟਰੈਕਟਰ ਜਿਹੜਾ ਹੈ ਅਜੇ ਤੱਕ ਚੱਲਿਆ ਖਲਾ ਹੈ। ਅਤੇ ਬਾਕੀ ਜਿਹੜੀ ਟਰੈਕਟਰ ਦੀ ਕੰਡੀਸ਼ਨ ਹੈ ਉਹ ਤੁਹਾਡੇ ਸਾਹਮਣੇ ਬਿਹਤਰੀਨ ਹੈ, ਜ਼ਬਰਦਸਤ ਹੈ। ਇੰਜਣ ਦਾ ਕਲਰ ਟਰੈਕਟਰ ਦਾ ਵੇਖ ਲਓ ਜੀ, ਪੂਰਾ ਰੁਪਈਆ ਟਰੈਕਟਰ ਦੇ ਇੰਜਣ ਦਾ ਕਲਰ ਹੈ, ਇੰਜਣ ਦਾ ਹੀ ਟਰੈਕਟਰ ਜਿਹੜਾ ਹੈ ਉਹ ਵੀ ਪੂਰਾ ਰੁਪਈਆ ਹੈ। ਨੰਬਰ ਟਰੈਕਟਰ ਨੂੰ ਨਹੀਂ ਲੱਗਾ, ਕੈਸ਼ ਦੇ ਖੁੱਲ੍ਹੇ ਪੇਪਰ ਹਨ। ਲੋਕੇਸ਼ਨ ਟਰੈਕਟਰ ਦੀ ਜਿਹੜੀ ਉਹ ਤੁਹਾਨੂੰ ਦੱਸ ਦਿੰਦਾ, ਟਰੈਕਟਰ ਦੀ ਲੋਕੇਸ਼ਨ ਹੈ ਜੀ ਚੌਕ ਰੋਡ ਖੁਸ਼ਾਬ ਦੀ, ਥਲ ਦੇ ਇਲਾਕੇ ਦਾ ਚੱਲੇ ਹੋਇਆ ਟਰੈਕਟਰ ਹੈ। ਚੌਕ ਰੋਡ ਖੁਸ਼ਾਬ ਦੀ ਲੋਕੇਸ਼ਨ ਹੈ ਜੀ ਟਰੈਕਟਰ ਦੀ। ਟਰੈਕਟਰ ਦੇ ਮਾਲਿਕ ਦਾ ਮੋਬਾਈਲ ਨੰਬਰ ਜਿਹੜਾ ਹੈ ਉਹ ਤੁਸੀਂ ਨੋਟ ਕਰ ਲਓ,
03 27 170 46 57 ਇਹ ਟਰੈਕਟਰ ਦੇ ਮਾਲਕ ਦਾ ਮੋਬਾਈਲ ਨੰਬਰ ਹੈ ਜੀ, ਕਾਲ ਵਟਸਐਪ ਨੰਬਰ ਹੈ, ਤੁਸੀਂ ਇਸ ਨੰਬਰ ਦੇ ਉੱਤੇ ਟਰੈਕਟਰ ਦੇ ਮਾਲਕ ਦੇ ਨਾਲ ਡਾਇਰੈਕਟ ਰਾਬਤਾ ਕਰ ਸਕਦੇ ਹੋ। ਠੀਕ ਹੈ ਜੀ, ਬਾਕੀ ਟਰੈਕਟਰ ਜਿਹੜਾ ਹੈ ਉਹ ਬਿਹਤਰੀਨ ਹੈ, ਜ਼ਬਰਦਸਤ ਹੈ। ਅਗਰ ਤੁਸੀਂ 260 ਟਰੈਕਟਰ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇਹ ਟਰੈਕਟਰ ਜਿਹੜਾ ਬਿਲਕੁਲ ਬਿਹਤਰੀਨ ਹੈ। ਮਾਡਲ 2021 ਹੈ, ਲੇਕਿਨ ਟਰੈਕਟਰ ਜਿਹੜਾ ਹੈ ਉਹ ਕੰਡੀਸ਼ਨ ਦਾ ਬਿਲਕੁਲ ਸਾਫ਼ ਹੈ, ਬਿਲਕੁਲ ਨਿਊ ਟਰੈਕਟਰ ਹੈ ਜੀ। ਠੀਕ ਹੈ ਜੀ, ਲੋਕੇਸ਼ਨ ਤਾਂ ਜਿਹੜੀ ਉਹ ਟਰੈਕਟਰ ਦੀ ਦੱਸ ਦਿੱਤੀ ਤੁਹਾਨੂੰ, ਚੌਂਕ ਰੋਡ ਪਿਸ਼ਾਬ ਦੀ ਲੋਕੇਸ਼ਨ ਹੈ ਟਰੈਕਟਰ ਦੀ। ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈ ਉਹ ਤੁਹਾਨੂੰ ਨੋਟ ਕਰਵਾ ਦਿੱਤਾ ਹੈ, ਸਕਰੀਨ ਦੇ ਉੱਤੇ ਵੀ ਨੰਬਰ ਜਿਹੜਾ ਹੈ ਉਹ ਲਾ ਦਿੱਤਾ ਹੈ, ਤੁਸੀਂ ਇਸ ਨੰਬਰ ਦੇ ਉੱਤੇ ਟਰੈਕਟਰ ਦੇ ਮਾਲਕ ਦੇ ਨਾਲ ਡਾਇਰੈਕਟ ਰਾਬਤਾ ਕਰ ਸਕਦੇ ਹੋ। ਠੀਕ ਹੈ ਜੀ, ਅਤੇ ਮਾਲਕ ਦੀ ਜਿਹੜੀ ਡਿਮਾਂਡ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ, ਟਰੈਕਟਰ ਦੀ ਮਾਲਕ ਡਿਮਾਂਡ ਕਰ ਰਿਹਾ ਜੀ 22,60,000 ਰੁਪਏ। ਮੌਕੇ 'ਤੇ ਪਿਆਰ ਮੁਹੱਬਤ ਕਮੀ ਪੇਸ਼ੀ ਜਿਹੜੀ ਉਹ ਤੁਹਾਡੇ ਨਾਲ ਇਨਸ਼ਾਅੱਲਾ ਜ਼ਰੂਰ ਕੀਤੀ ਹੋਈ ਸੀ। 22,60,000 ਰੁਪਏ ਟਰੈਕਟਰ ਦੇ ਮਾਲਕ ਦੀ ਡਿਮਾਂਡ ਹੈ। ਠੀਕ ਹੈ ਜੀ, ਬਾਕੀ ਟਰੈਕਟਰ ਚੰਗਾ ਹੈ ਜੀ, ਕੰਡੀਸ਼ਨ ਟਰੈਕਟਰ ਦੀ ਜਿਹੜੀ ਉਹ ਤੁਸੀਂ ਮੁਕੰਮਲ ਚੈੱਕ ਕਰ ਲਈ ਆਪ ਹੀ, ਬਿਲਕੁਲ ਨਵਾਂ ਟਰੈਕਟਰ ਹੈ। 22,60,000 ਰੁਪਏ ਟਰੈਕਟਰ ਦੇ ਮਾਲਕ ਦੀ ਡਿਮਾਂਡ ਹੈ। ਮੌਕੇ 'ਤੇ ਪਿਆਰ ਮੁਹੱਬਤ ਕਮੀ ਪੇਸ਼ੀ ਜਿਹੜੀ ਉਹ ਤੁਹਾਡੇ ਨਾਲ ਇਨਸ਼ਾਅੱਲਾ ਜ਼ਰੂਰ ਕੀਤੀ ਹੋਈ ਸੀ। ਅਤੇ ਬਾਕੀ ਦੋਸਤੋ, ਉਮੀਦ ਕਰਿਆ ਨਾ ਅੱਜ ਦੀ ਜਿਹੜੀ ਵੀਡੀਓ ਹੈ ਇਹ ਤੁਹਾਨੂੰ ਜ਼ਰੂਰ ਅੱਛੀ ਲੱਗੀ ਹੋ ਸੀ, ਜ਼ਰੂਰ ਪਸੰਦ ਆਈ ਹੋ ਸੀ। ਅਗਰ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੇ ਸੋ, ਬੈਲ ਦੇ ਨਿਸ਼ਾਨ ਨੂੰ ਵੀ ਆਹ ਨੋਟੀਫਿਕੇਸ਼ਨ 'ਤੇ ਪ੍ਰੈਸ ਕਰੇ ਸੋ, ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਆਵੇ ਉਹਦਾ ਨੋਟੀਫਿਕੇਸ਼ਨ ਜਿਹੜਾ ਹੈ ਉਹ ਤੁਹਾਡੇ ਤੱਕ ਸਾਰਿਆਂ ਤੋਂ ਪਹਿਲੇ ਪਹੁੰਚ ਸਕੇ। ਬਾਕੀ ਮਿਲਦੇ ਹਾਂ ਜੀ ਇਨਸ਼ਾਅੱਲਾ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ। ਵੀਡੀਓ ਮੁਕੰਮਲ ਵਾਚ ਕਰਨ ਦਾ ਬਹੁਤ ਸ਼ੁਕਰੀਆ, ਅੱਲਾ ਹਾਫਿਜ਼। ਇੱਕ ਸੌ ਅਠਾਈ ਘੰਟੇ
ਚਾਰ ਆਉਣ ਵਾਲੇ ਚਾਰ।